ਲੈ ਬੇਬੇ ਤਾਂ ਮੰਜੇ ਤੇ ਚੜ ਕੇ ਬਹਿ ਜਾਂਦੀ ਆ, ਆਪ ਤਾਂ ਕੋਈ ਕੰਮ ਨਹੀਂ ਕਰਨਾ, ਇੱਥੇ ਸਾਰਾ ਦਿਨ ਮੈਨੂੰ ਤਾਂ ਝਾੜੂ ਹੀ ਲਵਾਈ ਜਾਂਦੇ ਆ। ਇਧਰੋਂ ਮਾਰ ਲੈ ਝਾੜੂ, ਉਧਰੋਂ ਮਾਰ ਲੈ, ਫਿਰ ਕਹੂ ਭਾਂਡੇ ਮਾਂਜਿਆ ਜੇ 10 ਮਿੰਟ ਬੈਠਣਾ। ਮੈਨੂੰ ਕੀ ਉਹਦਾ ਰੇਜ ਹੋ ਗਿਆ, ਬਾਹਰ ਗਏ ਦਾ ਮੈਨੂੰ ਨਾਲ ਹੀ ਲੈ ਜੇ, ਫਿਰ ਤਾਂ ਕੋਈ ਗੱਲ ਬਣੇ, ਇੱਥੇ ਮੈਂ ਕੱਲੀ ਝਾੜੂ ਜੋਗਰੀ ਰਹੇਗੀ, ਮੈਂ ਇੱਥੋਂ ਨਹੀਂ ਹੁੰਦਾ ਕੰਮ ਕੁੰਮ। ਇੰਨੀ ਗਰਮੀ ਆ, ਉੱਤੋਂ ਧੁੱਪ ਦੇਸਾਂ ਦੀ ਧੁੱਪ ਪੈਂਦੀ ਹੈਗੀ। ਉਹਦਾ ਬੇਬੇ ਨੂੰ ਕਹਿੰਦੀ ਆ ਜਾਂ ਤਾਂ ਕੋਈ ਕੰਮ ਵਾਲੀ ਰੱਖ ਦੂ, ਨਹੀਂ ਭਾਈ ਮੈਥੋਂ ਤਾਂ ਝਾੜੂ ਲੱਗਦਾ ਨੀ, ਆਪ ਝਾੜੂ ਲਾਵੇ ਕਿਤੇ ਨਾ ਲਾਵੇ, ਆਪ ਆ ਝਾੜੂ। ਬੇਬੇ ਕੋਲੇ ਗੱਲ ਕਰਦੀ ਆ ਜਾ ਕੇ, ਝਾੜੂ ਛੱਟ ਕੇ ਪਤਾ ਨੀ ਲੈ ਕੇ ਮੈਂ ਤੁਰੀ ਆਉਂਦੀ ਆ, ਮੇਰੇ ਕੰਨੀ ਆਵਣ ਤਾਂ ਲੈ ਝਾੜੂ ਹੁਣ, ਫਿਰ ਮੈਂ ਹੁਣ ਉੱਥੇ ਧੁੱਪ ਚ ਕਿਵੇਂ ਮਾਰੀ ਜਾਣਾ ਸਾਰਾ ਦਿਨ। ਕੁੜੇ ਗਾਹ ਪੈ ਰਿਹਾ ਸੀ ਬਾਹਰ ਗਏ, ਹੁਣ ਉਹਨਾਂ ਕੁ ਤਾਂ ਸੁੰਭਰ ਆਉਂਦੀ, ਅੱਜ ਵਿਚਾਲਾ ਕਰਕੇ ਸਿੱਟੇ ਆਈ ਜਵਾਕਾਂ ਵਾਲਾ ਕੰਮ ਕਰਦੀ ਆ ਤੂੰ ਤਾਂ। ਮਾਂ ਮੇਰੀ ਸੁਣ ਲੈ ਗੱਲ, ਮੇਰੇ ਮਾਂ ਪਿਓ ਨੇ ਰਿਸ਼ਤਾ ਆਏ ਨਹੀਂ ਕੀਤਾ ਸੀ ਵੀ ਮੈਂ ਤੁਹਾਡੇ ਬੋਕਰਾ ਹੀ ਮਾਰੀ ਜਾਵਾਂ ਇੱਥੇ, ਤੇ ਫਿਰ ਹੋਰ ਭਾਈ ਕੌਣ ਮਾਰੂ ਬੋਕਰਾ, ਆਪਦੀ ਕੰਮ ਵਾਲੀ ਰੱਖੋ ਚਾਹੇ ਨਾ ਰੱਖੋ। ਮੇਰੇ ਮਾਂ ਪਿਓ ਤਾਂ ਐਂ ਕਹਿੰਦੇ ਸੀ ਮੁੰਡਾ ਬਾਹਰ ਗਿਆ ਹੋਇਆ, ਤੂੰ ਤਾਂ ਐਸ ਕਰੇਂਗੀ, ਮੈਨੂੰ ਕੀ ਪਤਾ ਗਾ ਵੀ ਮੈਂ ਐਸ ਕਰੂੰ ਵੀ ਮਿੱਟੀ ਚ ਦੂਰੀ ਫਿਰ ਮੈਂ ਸਾਰਾ ਦਿਨ। ਓਏ ਬਾਹਰ ਕਿਹੜਾ ਮੁੰਡਾ ਉੱਥੇ ਬੈਠਾ ਗਾ, ਉਹ ਵੀ ਕੰਮ ਹੀ ਕਰਦਾ ਗਾ ਤੇ ਤੂੰ ਘਰ ਦੇ ਕੰਮ ਕਰ ਲਾ। ਮੈਥੋਂ ਨਹੀਂ ਇੱਥੇ ਕੰਮ ਹੁੰਦੇ ਹੈਗੇ, ਅੱਜ ਕੋਈ ਕੰਮ ਵਾਲੀ ਰੇ ਲਵਾਉਣੀ ਆ ਲਵਾ ਦੇ, ਨਹੀਂ ਮੈਂ ਨਹੀਂ ਕੰਮ ਕੁੰਮ ਕਰਦੀ। ਕੰਮ ਵਾਲੀ ਭਾਈ ਆਂਦਾ ਕੰਮ ਵਾਲੀ ਵੀ ਨਹੀਂ ਥਿਆਉਂਦੀ, 10 ਦਿਨ ਤਾਂ 15 ਦਿਨਾਂ ਚ ਮਸਾ ਥਿਆਉਗੀ ਕੰਮ ਵਾਲੀ, ਐ ਕਿ ਹੁਣ ਕੋਈ ਕੰਮ ਵਾਲੀ ਆਪਣੇ ਮੂਹਰੀ ਬੈਠੀ ਆ ਵੀ ਉਹਦੀ ਆ ਜੂ ਆਪਣੇ। ਤੂੰ ਤਾਂ ਮੰਜੇ ਤੇ ਚੜ ਕੇ ਬਹਿ ਜਾਂਦੀ ਆ, ਮੈਨੂੰ ਪੁੱਛ ਕੇ ਦੇਖ ਨਾ ਸਾਰਾ ਦਿਨ, ਪਹਿਲਾਂ ਤਾਂ ਝਾੜੂ ਮਾਰ ਕੇ ਆ, ਹੁਣ ਭਾਂਡੇ ਦਾ ਗਲਾ ਲੱਗਿਆ ਪਿਆ। ਲੱਗੜੇ ਫਿਰ ਇੰਨਾ ਕਿੰਨਾ ਕੁ ਕੰਮ ਆਇਆ ਆਪਣੇ, ਇਹਨਾਂ ਤਾਂ ਕੰਮ ਹੀ ਨਹੀਂ, ਕਿੰਨਾ ਕਹਿੰਦੇ ਤੂੰ ਬਾਹਲਾ ਰੋਈ ਜੇ ਜਾਨੀ ਹੈਗੀ। ਤੂੰ ਆਪ ਕਰ ਲਿਆ ਕਰ ਚੰਗਾ, ਕਰ ਲਿਆ ਕਰ ਕਹਿੰਦੀ ਆਪ ਲੈ ਬਈ, ਮੈਂ ਤੈਨੂੰ ਕਿਉਂ ਵਿਆਹ ਕੇ ਲਿਆਂਦਾ ਕਦੋਂ ਮੈਂ ਆਪ ਨਹੀਂ ਕੰਮ ਕਰਨੇ ਨੇ, ਹੁਣ ਮੈਂ ਆਪ ਕਿੰਨਾ ਕੁ ਕਰੀ ਜਾਊਂ, ਮੈਂ ਸਾਰੀ ਉਮਰੀ ਕਰੀ ਜਾਊਂਗੀ ਤੁਹਾਡੇ ਮੂਹਰੇ ਕੰਮ। ਲੈ ਕਰ ਲਾ ਕਹਿੰਦੀ ਆਪ, ਕਰੀ ਚੱਲੋ ਭਾਈ ਆਪ ਇਹਦੇ ਮੂਹਰੇ। ਆਪ ਤਾਂ ਹੱਥਾਂ ਤੇ ਮਣ ਮਣ ਮਹਿੰਦੀ ਲਾ ਲੈਂਦੀ ਹੈਗੀ ਵੀ ਆਪੇ ਮਾਂਜੂ ਭਾਂਡੇ, ਵੀ ਤੇਰੀ ਮਹਿੰਦੀ ਰਹਿੰਦੀ ਹੈ ਦੱਸ, ਤੇ ਉਹ ਇੰਨੀ ਹੁਣ ਬੁੜੀ ਹੋਈ ਪਈ ਆ, ਮਹਿੰਦੀ ਲਾਉਣ ਨੂੰ ਦੱਸ ਤੈਨੂੰ ਕੀ ਹੋਇਆ ਗਾ। ਆਪ ਦੂ ਮੇਰੇ ਦੇਖ ਲਾ, ਮੈਂ ਕਿਤੇ ਲਾਈ ਹੈਗੀ, ਰਾਤ ਮੈਨੂੰ ਕਹਿੰਦੀ ਲੈ ਲਾ ਲਾ ਮਹਿੰਦੀ, ਹੁਣ ਅੱਧੀ ਰਾਤ ਨੂੰ ਮੈਂ ਮਹਿੰਦੀ ਲਾ ਕੇ ਤੈਨੂੰ ਰੋਟੀਆਂ, ਕਿੱਥੋਂ ਪਤਾ ਕਿ ਤੂੰ ਤਾਂ ਰੋਟੀਆਂ ਪਾ ਲੇਂਗੀ। ਹੁਣ ਭਾਂਡੇ ਵੀ ਨਹੀਂ ਮਾਂ ਸਕਦੀ, ਮਾੜਾ ਮੋਟਾ ਤਾਂ ਕਰ ਲੇ ਬੰਦਾ ਕੰਮ, ਜਾ ਕੇ ਅੰਦਰ ਬੈਠ ਜਾਂਦੀ ਹੈ ਜੀ, ਇਹਦੇ ਏਸੀ ਦੀ ਚੱਸ ਪਈ ਹੋਈ ਹੈ ਜੀ, ਕਿੱਥੇ ਬੈਠਣਾ ਤਾਂ ਏਸੀ ਚ ਮੈਂ ਸੀ, ਮੌਜਣਾ ਆਪੇ ਬੈਠੀ ਰਹਿੰਦੀ ਹੈਗੀ। ਨਹੀਂ ਮਾਂ ਪਿਓ ਹੁੰਦਾ ਤਾਂ ਵੀ ਮਾੜਾ ਮੋਟਾ ਤਾਂ ਹੋਵੇ ਵੀ ਮੇਰਾ ਪੁੱਤ ਬਾਹਰ ਗਿਆ ਹੋਇਆ ਵੀ ਮੈਂ ਰਲ ਮਿਲ ਕੇ ਮਾੜਾ ਮੋਟਾ ਕੰਮ ਕਰਾ ਦਾਂ, ਹੈ ਕੋਈ ਲੱਤ ਨਹੀਂ ਦੁਖਦੀ, ਬਾਂਹ ਨਹੀਂ ਦੁਖਦੀ, ਚੰਗੀ ਭਲੀ ਹੈਗੀ, ਚੰਗੀ ਭਲੀ ਵੀ ਨਹੀਂ ਕੰਮ ਕਰਾ ਸਕਦੀ। ਹੁਣ ਉਹ ਸੀਰੀ ਆ ਜੂਗਾ, ਉਹਦੀਆਂ ਰੋਟੀਆਂ ਪਕਾਉਣੀਆਂ ਪੈਣਗੀਆਂ, ਮੈਂ ਤਾਂ ਅੱਜ ਕਹੂੰਗੀ ਆਪਦੀਆਂ ਤੂੰ ਹੀ ਪਕਾ, ਮੈਂ ਨਹੀਂ ਪਕਾਉਂਦੀ, ਆ 4 ਭਾਂਡੇ ਮਾਂਜ ਕੇ ਕੇਰਾ ਮੈਂ ਸਾਂਭ ਲੈਂਦੀ ਹੈਗੀ, ਮੈਂ ਤਾਂ ਕਹਿੰਦੂ ਮੇਰੇ ਤਾਂ ਸਿਰ ਦੁਖਦਾ ਗਾ। ਅਮਨ ਭਾਂਡੇ ਮਾਂਜਤੇ ਭਾਈ? ਭਾਂਡੇ ਤਾਂ ਮਾਂਜਤੇ ਮਾਂ। ਫਿਰ ਭਾਈ ਹੁਣ ਰੋਟੀ ਬਣਾ ਲਾ। ਲੈ ਦੇਖੀ ਹਜੇ ਮੈਂ ਝਾੜੂ ਕੱਢ ਕੇ ਭਾਂਡੇ ਮਾਂਜੇ, ਤੂੰ ਪਹਿਲੀ ਹੁਕਮ ਲਾਤਾ ਕਿ ਰੋਟੀ ਬਣਾ ਲਾ। 8 ਵਜ ਗਏ ਭਾਈ, ਫਿਰ ਉਹ ਰੋਟੀ ਦਾ ਟਾਈਮ ਹੀ ਹੈ, ਮੇਰਾ ਤਾਂ ਸਿਰ ਦੁਖੀ ਜਾਂਦਾ, ਪਕਾਉਣੀਆਂ ਨੇ ਪਕਾਰਾ ਮੈਥੋਂ ਨਹੀਂ ਪੱਕਦੀ। ਉਹ ਭਾਈ ਆਊਗਾ ਵਿਚਾਰਾ ਸੀਰੀ, ਆਈ ਜਾਵੇ ਫਿਰ ਸੀਰੀ ਨੂੰ ਤੂੰ ਪਕਾ ਕੇ ਦੇ ਦੀ, ਹੁਣੇ ਦੀ ਨੀਰਾ ਚਾਰਾ ਪਾਉਣਾ, ਫਿਰ ਕਦੀ ਤੁਰੀ ਵੱਢ ਕੇ ਲਿਆਊਗਾ। ਲੈ ਹੁਣ ਫਿਰ ਮੈਨੂੰ ਤਾਂ ਨਹੀਂ ਸਾਰਾ ਕੰਮ ਸੁੱਖ ਕੇ ਦਿੱਤਾ, ਆਪਦੀ ਕੋਈ ਕੰਮ ਵਾਲੀ ਰੱਖ ਲਾ। ਕੰਮ ਵਾਲੀ ਮੈਂ ਭਰਾ ਲੂੰਗੀ, ਫਿਰ ਐਂ ਤਾਂ ਆਪਾਂ ਨੂੰ ਥਿਉਂਦੀ ਵੀ ਨਹੀਂ। ਨਹੀਂ ਥਿਉਂਦੀ ਨਾ ਸਹੀ, ਮੈਂ ਤਾਂ 10 ਮਿੰਟ ਆਰਾਮ ਕਰਦੀ ਆ, ਤੂੰ ਤਾਂ ਉਹਦੀ ਇੱਕ ਕੰਮ ਨਿਬੜਦਾ ਨਹੀਂ ਦੂਜੇ ਨੂੰ ਹੁਕਮ ਲਾ ਦਿੰਦੀ ਆ। ਭਾਈ ਤੂੰ ਤਾਂ ਜਵਾਬ ਦੇ ਦਿੰਦੀ ਆ ਮੂਰੋ, ਜਵਾਬ ਹੁਣ ਫਿਰ ਮੇਰੀ ਗੱਲ ਸੁਣੋ ਵੀਰੇ, ਮੇਰੇ ਮਾਂ ਪਿਓ ਨੇ ਰਿਸ਼ਤਾ ਇਸੇ ਗੱਲ ਦਾ ਹੀ ਕੀਤਾ ਸੀਗਾ ਵੀ ਭਾਈ ਇਹ ਤਾਂ ਕੰਮ ਨਹੀਂ ਹੁੰਦਾ, ਮੈਂ ਕੰਮ ਦੀ ਮਾਰੀ ਤਾਂ ਮੈਂ ਉੱਥੋਂ ਮਾਂ ਸਾਹਿਬ ਆਪਦੀ ਭਰਜਾਈ ਚੋਂ ਆਈ ਹੈਗੀ, ਹੁਣ ਤੂੰ ਮੂਹਰੇ ਇੱਥੇ ਮੈਨੂੰ ਗੋਲੀ ਲਾ ਲਿਆ। ਫਿਰ ਕੁੜੇ ਇੰਨਾ ਤਾਂ ਫਿਰ ਹੁਣ ਰੋਟੀ ਤਾਂ ਫਿਰ ਬਣਾਉਣੀ ਪਊਗਾ ਆਪਾਂ ਨੂੰ, ਰੋਟੀ ਮੈਥੋਂ ਤਾਂ ਅੱਜ ਪੱਕਦੀਆਂ ਨਹੀਂ, ਆਪਦੇ ਹੋਟਲ ਤੇ ਬਣਾ ਲਾ। ਕੋਈ ਪਕਾਉਂਦੀ ਤੇ ਮੇਰੇ ਆ ਗਿਆ ਬਣਾਉਂਦੀ ਤੇ ਮੈਨੂੰ ਕੀ ਆਖੋ ਵੀ, ਨੂੰ ਤਾਂ ਤੇਰੀ ਪਈ ਹੈ ਤੇ ਤੂੰ ਰੋਟੀਆਂ ਰੋਟੀ ਬਣਾਈ ਜਾਨੀ ਆ ਰਸੋਈ ਚ ਖੜੀ। ਕੋਈ ਗੱਲ ਨਹੀਂ, ਆਏ ਤਾਂ ਮੈਨੂੰ ਵੀ ਕਹਿੰਦੇ ਨੇ ਸੱਸ ਤੇਰੀ ਬੈਠੀ ਹੈ ਕਿ ਤੂੰ ਝਾੜੂ ਕੱਢੀ ਜਾਨੀ। ਮੇਰਾ ਤਾਂ ਟਾਈਮ ਆ ਬੈਠਣ ਦਾ, ਕੋਈ ਨਾ ਕਹਿੰਦੇ ਲੈ ਮੇਰੇ ਤਾਂ ਆਪ ਸਿਰ ਦੁਖਦਾ ਗਾ। ਲੈ ਭਾਈ ਹੁਣ ਉਹ ਤਾਂ ਜਵਾਬ ਦੇ ਜੀ ਸਰ ਗਿਆ, ਹੁਣ ਤਾਂ ਜਵਾਬ ਦਿੱਤੇ, ਹੁਣ ਮੈਨੂੰ ਤਾਂ ਰੋਟੀ ਬਣਾਉਣੀ ਪਊਗੀ, ਫਿਰ ਹੁਣ ਹੋਰ ਕੀ ਕਰਾਂ। ਉਹ ਤਾਂ ਹੁਣ ਤਾਂ ਜਵਾਬ ਦਿੱਤੇ ਸਰ ਜਾਂਦਾ, ਲੈ ਮੈਨੂੰ ਤਾਂ ਸਰਦਾ ਨਹੀਂ, ਮੈਂ ਹੀ ਬਣਾਉਂਗੀ ਭਾਈ, ਹੋਰ ਕੀ ਕਰੂੰ, ਫਿਰ ਮੈਂ ਹੀ ਬਣਾਉਂ ਰੋਟੀ, ਮੈਂ ਬਣਾਉਂਗੀ ਆ ਭਾਈ। ਉਹ ਮੁੰਡਾ ਆਊਗਾ ਵਿਚਾਰਾ ਸੀਰੀ, ਉਹ ਵੀ ਖਾ ਪੀ ਕੇ ਰੋਟੀ ਉੱਤੇ ਖੇਤ ਜਾਊਗਾ, ਇਹ ਤਾਂ ਜਵਾਬ ਦੇ ਦਿੰਦੀ ਆ, ਤਾਂ ਸਰ ਜਾਂਦਾ ਜਾ ਕੇ ਪਏਗੀ ਅੰਦਰ, ਕਹਿੰਦੀ ਮੈਨੂੰ ਤਾਂ ਗਰਮੀ ਆਉਂਦੀ ਆ, ਮਤਲਬ ਕਹਿੰਦੀ ਕੰਮ ਨਹੀਂ ਬਣਦਾ, ਐਂ ਜਵਾਬ ਦਿੰਦੀ ਆ। ਚੁੱਪਲੀ ਟੁੱਟ ਗਈ, ਕੀ ਕਰੀਏ, ਚੱਲ ਮੰਗਾਂਗੇ ਅੱਜ ਸਰਦਾਰਾਂ ਤੋਂ।
कोई नवी लिख दे देना तो किदे दी टुटी पगिया बहाना ही भाल दया सी तो चल अज जाके पुछद चाची नू चाची कोई चप्पल ही दे दो चल कोई पुरानी धरानियां पईयां होणगियां उही पा लांगे ले पहला मज्जां नू नीरा पाईए के पहला चल पहला पुछदे आ चाची नू की है मज्जां नू नीरा पाई लिया होवे ले घर ही नहीं दिंदा कोई चच गे चाची आ चाह पा दियो घुट जे हैगी है ले भाई चाह पा दे थोड़ी जी है भाई है ता थोड़ी थोड़ी चाची चल की होंगे मैं खेत पी ली सी तू तो भाई बेटा ही जी पा दे आके चाह सारी पा दे चाची सारी पा दे टाइम है चाह दा मेरी चप्पल टुट गई बाई दी कोई चप्पला पईयां होणगियां तू तां कितें चप्पला मंग के खड़ जाना कितें आख देना मैनूं कुर्ता पजामा लैके दिओ कल तैनूं कुर्ता पजामा लैके दित्ता अज तू चप्पला दा सवाल पाता उह तां चाची तेरी गल ठीक है कुर्ता पजामा चलो तुसी मैनूं वधिया लेके दित्ता इह तां घसियां पईयां सीगियां उत्थे तैनूं पती है जीरी च किहा जिहा कम हैगा उत्थे आउंदे आउंदे दी चप्पल टुट गई चाची मैनूं कोई पुराणियां पुराणियां पईयां पुराणियां दे दिओ मैं कहिंदा कोई नवीआं मंगदा मुंडे दीआं पईयां भाई पुराणियां फिर उह दे दिंदे चल मैनूं पुराणियां दे दिओ चाची चल भाई पुन्नी आ गरीब बंदे दा तां चल चाची दा तां सुभाअ तां वधिया विचारी दा चल इह च दुद्ध पवा के लै जांगे हुण ले भाई मुंडे दिया ने पुरानिया तराणिया जिया ले जाची तू तो पुरानिया कहनी है पुरानिया किथे ते जवां नवी पईयां नवीआं लकोर ने ते जवां आए आ भाई तू गिल्ले च ना लेके बड़िया कर चप्पला तू गिल्ले च बड़ जाना लेके झोने च ते चप्पला गुड़ जांदियां ने ते बदरा टुट जांदियां हुण संभाल के रखी इन्हां नूं हुण होर चंगा चाची इह तां हुण नवीआं चप्पलां ने हुण तां मैं सांभ सांभ रखूं बालियां वधिया ने इहनां नूं मैं टुटण नूं दिंदा ते चाची फिर नीरा चाची वधिया सवा है नाले तां मैनूं कपड़े समा के देते नाले उहदे चप्पलां टुट गईआं चप्पलां वी नवीआं वर्गीआं देतीआं बेचारी ने इहदा सुभाअ वधिया है उह छोटी सरदारनी दा सुभाअ कुछ है ही नहीं गा चल आपां ने उह तों की लैणा है आपां नूं तां चाची नूं बेचारी ने रलाया हैगा ते आपणा दा चाची नाल ही विहार है चल मझां देखदे आं मझां नूं पाउने नीरा नूरा ले चाची तो इन्नी चाह पा गई कौला भर गई पीता भी नहीं आता अलाई च कढ लैना फिर होर की है फिर पी लूंगा उधर पशुआ मनी लै जाना डोलड़ी का कानू है बिच दुध भी पाया है अच्छा मुझा बन गई चप्पल भी नवी मिल गई बेबे कहता है ओनू अपने सिरी नू पुत्तो मैं जता दिमाग ची निकल गई गल ले दिमाग चो निकल गई पाल ना ना कोई बुढ़ी भुल गई कोई ना फिर अपना सिरी हैगा मैं ओनू कही नहीं आएगी फिर तू ओनू कह दे ना मैं ओनू आखूंगी भी तू बुढ़ी पाल भाई ते भी सानू बुढ़ी पाल के दे भाई साथो कम नहीं बनदा भाई ओ तो फिर ओ बेबे जदो हुंदे ही नहीं गा फिर एवें की फायदा गा ना कोई ना बीमार होगी फिर ओने उपर लग जानगे ना कोई ना फिर मैं फिर आए तो फिर आप मिलती भी नहीं बुढ़ी चल तू ओनू अज कही चंगा एक दो दिन एक दो दिन नहीं तू हमें भेज ओनू खड़ी हो जा चल कोई ना फिर मैं पूछ दी भाई चल नीरे का कम जा निबड़ गया
ਚੱਲ ਚਾਚੀ ਉਹ ਦੁੱਧ ਪਵਾ ਕੇ ਲੈ ਜਾਂਦੇ ਨੇ ਰੋਟੀਆਂ ਫੜਦੇ ਆ ਤੇ ਉਧਰ ਖੇਤ ਹੀ ਵਗ ਜਾਵਾਂਗੇ। ਚੱਚ ਗਏ ਚਾਚੀ ਆ ਦੁੱਧ ਪਾ ਦੇਣੇ ਰੋਟੀਆਂ ਫੜਾ ਦੇ। ਪਤਾ ਨੀ ਕਿੱਧਰ ਵਗ ਗਈ ਚਾਚੀ। ਆਉਣੀ ਆ ਚਾਚੀ ਆਉਣੀ ਆ ਭਾਈ ਬਾਲੀ ਬੋਲ ਜੇ ਮਾਰੀ ਜਾਣਾ ਗਾ। ਲੈ ਚਾਚੀ ਆ ਜਾ ਮੇਰਾ ਦੁੱਧ ਪਾ ਦੀ। ਲਿਆ ਭਾਈ ਤੇ ਨਾ ਮੈਨੂੰ ਰੋਟੀਆਂ ਫੜਾ ਦੇ ਮੈਂ ਰੋਟੀਆਂ ਲੈ ਜਾਊਂ ਆਪਦੀਆਂ ਖੇਤ। ਚੰਗਾ ਭਾਈ ਮੈਂ ਪਾ ਕੇ ਲਿਆਉਣੀ ਆਂਗੀ। ਪਾ ਲੈ ਚਾਚੀ। ਹੋਰ ਭਾਈ ਲੈ ਭਾਈ ਲਿਆ ਚਾਚੀ ਲਿਆ ਭਾਈ ਲੈ ਚਾਚੀ ਆ ਟੇਡਾ ਕਰਦੇ ਦਾਲ ਤਾਂ ਨਹੀਂ ਡੁੱਲਦੀ। ਏ ਭਾਈ ਦਾਲ ਕਿਹੜੀ ਸਬਜ਼ੀ ਮਸਾਂ ਰੋਟੀਆਂ ਲਾਈਆਂ ਮੈਂ ਤਾਂ ਚਾਹ ਤੇਰੀ ਖਾਤਰ। ਅੱਛਾ ਚਟਣੀ ਹੈ। ਹਾਂ ਚਟਣੀ ਆ ਭਾਈ। ਚਾਚੀ ਰੋਜ਼ ਹੀ ਚਟਣੀ ਹੁੰਦੀ ਆ ਕਦੇ ਦਾਲ ਵੀ ਬਣਾ ਲਿਆ ਕਰੋ। ਕੋਈ ਨਾ ਭਾਈ ਤੇ ਤੂੰ ਭਾਈ ਸਾਨੂੰ ਐ ਕਰ ਇੱਕ ਕੰਮ ਕਰ ਸਾਡਾ ਤੇ ਸਾਨੂੰ ਕੰਮ ਵਾਲੀ ਬੁੜੀ ਪਾ ਕੇ ਦੇ। ਕੰਮ ਵਾਲੀ ਬੁੜੀ ਚਾਚੀ? ਹਾਂ ਭਾਈ ਸਾਥੋਂ ਬਣਦਾ ਨਹੀਂ ਕੰਮ। ਲੈ ਆਪਣੇ ਇੰਨਾ ਕਿੰਨਾ ਕੁ ਤੁਹਾਡੇ ਕੰਮ ਹੈਗਾ ਇੰਨਾ ਕੰਮ ਵੀ ਨਹੀਂ ਕਰਦੀ ਛੋਟੀ ਸਰਦਾਰਨੀ। ਭਾਈ ਕਰਦੀ ਨਹੀਂ ਫਿਰ ਹੁਣ ਦੀਆਂ ਫਿਰ ਹੁਣ ਕੀ ਕਰਾਂ ਫਿਰ ਹੁਣ ਮੈਨੂੰ ਤਾਂ ਲਾਉਣੀ ਪਊ ਕੰਮ ਵਾਲੀ। ਉਹ ਤਾਂ ਗੱਲ ਤੇਰੀ ਚਾਚੀ ਠੀਕ ਹੈ ਚਾਚੀ ਫਿਰ ਤੁਸੀਂ ਮਹੀਨੇ ਤੋਂ ਤਨਖਾਹ ਦਿਆ ਕਰੋਗੇ। ਹਾਂ ਭਾਈ ਦਿਆ ਕਰਾਂਗੇ। ਇਹ ਚਾਚੀ ਹੋਰੋਂ ਕਰੀਏ? ਹਾਂ ਮੈਂ ਆਪਦੇ ਘਰ ਵਾਲੀ ਨੂੰ ਪੁੱਛ ਲਾਂ ਜਾ ਕੇ ਉਹਨੂੰ ਲਾ ਦਿਆਂ। ਫੇਰ ਤਾਂ ਭਾਈ ਬਾਲੀ ਸੋਹਣੀ ਗੱਲ ਹੈਗੀ ਜੇ ਤੇਰੇ ਘਰ ਵਾਲੀ ਲੱਗ ਜੇ ਨਾਲੇ ਤੂੰ ਸਾਡੇ ਘਰੇ ਕਿੱਦਾਂ ਦਾ ਤੂੰ ਰਹਿਣਾ ਤੈਨੂੰ ਭੇਤ ਹੈ ਸਾਡੇ ਘਰ ਦਾ ਨਾਲੇ ਉਹਦੀ ਇਮਾਨਦਾਰੀ ਵਧੀਆ ਵਿਚਾਰੀ ਸਿਆਣੀ ਹੈਗੀ। ਚੱਲ ਫਿਰ ਚਾਚੀ ਮੈਂ ਐਂ ਕਰੂੰਗਾ ਜਾ ਕੇ ਮੈਂ ਪੁੱਛੂਗਾ ਮੈਂ ਤੈਨੂੰ ਪੱਕਾ ਤਾਂ ਕਹਿੰਦਾ ਨੀਗਾ ਤੇ ਜੇ ਨਾ ਉਹ ਲੱਗੀ ਤਾਂ ਮੈਂ ਕੋਈ ਹੋਰ ਪੁੱਛ ਲਾਂ ਘਰ। ਹਾਂ ਹਾਂ ਭਾਈ ਫੇਰ ਕੋਈ ਸਾਨੂੰ ਤੂੰ ਹੋਰ ਪਾ ਕੇ ਦੇਈ ਆਪਦੇ ਘਰਾਂ ਚੋਂ ਲਾ ਜ਼ਰੂਰ ਆ। ਚੱਲ ਕੋਈ ਨੀ ਪਹਿਲਾ ਨੰਬਰ ਤਾਂ ਮੈਂ ਆਪਦੇ ਘਰ ਵਾਲੀ ਦੀ ਲਾਊਂਗਾ ਉਹਨੂੰ ਪੁੱਛੂ ਜਾ ਕੇ ਤੇ ਮੈਂ ਦੁੱਧ ਘਰੇ ਫੜਾ ਕੇ ਜਾਊਂਗਾ ਤੇ ਚਾਚੀ ਫਿਰ ਮੈਂ ਘਰੇ ਆਵਾਂ ਹੁਣ ਕਿਵੇਂ ਕਹੀ ਲੈ ਜਾ ਉਧਰ ਸਿੱਧੇ ਖੇਤ ਲੱਗ ਜਾ। ਤੂੰ ਭਾਈ ਉਧਰ ਹੀ ਬਾਗ ਜੀ ਕਿ ਤੂੰ ਸਾਡਾ ਕੰਮ ਕਰਕੇ ਜਾਈ। ਨਾ ਕੋਈ ਨੀ ਮੈਂ ਆਪੇ ਕਰੂੰਗਾ ਤੁਹਾਡਾ ਹੱਲ। ਹੋਰ ਭਾਲ ਕੇ ਦੇ ਕੇ ਜਾਈ ਸਾਨੂੰ ਬੁੜੀ। ਨਾ ਜਮਾ ਭਾਲ ਕੇ ਦੇਊਂਗਾ ਪੱਕਾ ਚਾਚੀ ਕੋਈ ਗੱਲ। ਚੰਗਾ ਭਾਈ ਲੈ ਚਾਚੀ ਨੇ ਤਾਂ ਜਾ ਵਧੀਆ ਗੱਲ ਕਹੀ। ਚੱਲ ਘਰ ਵਾਲੀ ਨੂੰ ਲਾ ਲਾਂਗੇ ਆਪਦੀ ਨੂੰ ਹਰਪ੍ਰੀਤ ਨੂੰ ਉਹਨੂੰ ਜਾ ਕੇ ਪੁੱਛਦੇ ਆ। ਚੱਲ ਤਾਂ ਘਰ ਦੇ ਆਵਾਂਗਾ ਕਿਹੜਾ ਬਗਾਨੇ ਬੰਦੇ ਨੇ ਇਹ ਜੇ ਮੰਨੂਗੀ ਤਾਂ। ਲੈ ਅੱਜ ਚਾਚੀ ਨੇ ਤਾਂ ਵਧੀਆ ਗੱਲ ਦੱਸਤੀ ਚਾਰ ਰੁਪਈਏ ਬਣ ਜਾਣਗੇ ਜੇ ਹਰਪ੍ਰੀਤ ਮੰਨ ਜੇ। ਗੱਲ ਕਰਦਾ ਸੁਭਾਅ ਵਾਲਾ ਭੜਾ ਹੈਗਾ ਪਤਾ ਨੀ ਉਹ ਮੰਨੂ ਪਤਾ ਨੀ ਨਾ। ਨਾਲੇ ਇੱਕੇ ਥਾਂ ਕੰਮ ਕਰਨਾ ਸੌਖਾ ਦੋਨਾਂ ਨੂੰ ਨਾਲੇ ਰੁਪਈਏ ਵਧੀਆ ਦੇ ਦਿਆ ਕਰਨਗੇ ਇਹਨਾਂ ਦਾ ਮੁੰਡਾ ਬਾਹਰ ਗਿਆ। ਚੱਲ ਪੁੱਛਦੇ ਹਾਂ ਜਾ ਕੇ ਅੱਜ। ਲੈ ਪਹਿਲਾਂ ਤਾਂ ਕਬੂਤਰਾਂ ਨੂੰ ਦੇਖੀਏ ਪਤਾ ਨੀ ਦਾਣੇ ਪਾਏ ਹੋਣਗੇ ਪਤਾ ਨੀ ਨਾ ਇਹ ਕਿਹੜਾ ਦੇਖਦੀ ਹੈ। ਚੱਲ ਜਿੰਦਾ ਤਾਂ ਲਾਇਆ ਪਿਆ ਬਿੱਲੀ ਬੁੱਲੀ ਦਾ ਵੀ ਉਹ ਹੁੰਦਾ ਹੈਗਾ ਤਾਂ ਬਾਜੀਆਂ ਜਿੱਤ ਜਿੱਤ ਲਿਆਉਂਦੇ ਨੇ ਬਾਜੀਆਂ ਤਾਂ ਬਾਹਲੀ ਵਧੀਆ ਕਬੂਤਰੀ ਹੈ ਸਾਂਭ ਸਾਂਭ ਰੱਖੀ ਹੈ ਬਦਾਮ ਪਾਉਣਾ ਰੋਜ਼ ਇਹਨਾਂ ਨੂੰ। ਚੱਲ ਚਕੇਰਾ ਦਾਣੇ ਤਾਂ ਪਾਏ ਪਏ ਆ ਆ ਕੇ ਦੇਖੂੰਗਾ ਫਿਰ। ਲੈ ਪੱਖਾ ਛੱਟ ਕੇ ਅੰਦਰ ਬੜੀ ਬੈਠੀ ਹੈ ਮੈਂ ਫਿਰਦਾ ਗਾ ਰੋਹੀਆਂ ਚ ਧੁੱਪਾਂ ਚ। ਉਹ ਲੈ ਆਰਾਮ ਨਾਲ ਪਈਆਂ ਖੜੀ ਹੋ ਜਾ। ਮੈਂ ਹੋਰ ਕੀ ਕਰਾਂ ਹੁਣ। ਉਹ ਆਦਾ ਦੁੱਧ ਫੜ ਦੁੱਧ ਤਾਂ ਮੈਨੂੰ ਉੱਥੇ ਚਾਹ ਨੂੰ ਪਾਇਆ ਉਹਨਾਂ ਨੇ ਤੇ ਅੱਧਾ ਤੂੰ ਘਰੇ ਕੱਢ ਦੇ ਇਹ ਚਾਹ ਚੂ ਬਣਾ ਲਈ। ਤੇ ਸਬਜ਼ੀ ਸੁਬਜ਼ੀ ਕਾਹਦੀ ਹੈਗੀ ਬਣਾਈ ਆ ਕੁਛ। ਉਹ ਸਬਜ਼ੀ ਕਿੱਥੋਂ ਬਣਾਉਂਦੇ ਨੇ ਉਹ ਲੰਮੇ ਤਾਂ ਡਿੱਕੀਆਂ ਨੇ ਨਾ ਤੂੰ ਘਰੇ ਲਿਆ ਕੇ ਦਿੰਦਾ ਮੈਨੂੰ। ਜਿੰਨੇ ਰੁਪਈਏ ਉਨੀ ਭੁੱਖੇ ਹੁੰਦੇ ਆ ਉਹ ਤਾਂ ਮੈਨੂੰ ਰੋਜ਼ ਚਟਣੀ ਕੁੱਟ ਕੇ ਦਿੰਦੇ ਆ ਗੰਡਿਆਂ ਦੀ ਜਾਂ ਚਾਰ ਹੁੰਦੇ ਅੰਬ ਦਾ ਦੱਸ ਮੈਂ ਕੀ ਕਰਾਂ। ਚਟਣੀ ਤੇ ਚਾਰ ਤਾਂ ਆਪਣੇ ਘਰੇ ਵੀ ਪਿਆ ਕੋਈ ਸਬਜ਼ੀ ਲਿਆ ਕਰ ਉਹਨਾਂ ਨੇ ਕਰਾਂ। ਮੈਨੂੰ ਤਾਂ ਰੋਟੀਆਂ ਤਾਂ ਮੈਂ ਤਾਂ ਘਰੇ ਚੱਕ ਕੇ ਲਿਆ ਸੀ ਮਹਾ ਕੋਈ ਮਾੜੀ ਮੋਟੀ ਕੋਈ ਦਾਲ ਦੂਲ ਬਣਾਈ ਹੋਊ ਤੂੰ ਉਹਦੇ ਨਾਲ ਰੋਟੀਆਂ ਖਾ ਲੂੰ ਦੋ। ਮੈਂ ਕਿੱਥੇ ਬਣਾਈਏ ਮੈਂ ਦੱਖ ਤੂੰ ਲੈ ਕੇ ਆਵੇਂਗਾ ਮੈਂ ਚੱਲ ਉਹਨਾਂ ਨੇ ਕੋਈ ਬਣਾਈ ਹੋਊਗੀ ਰੋਜ਼ ਤਾਂ ਦਿੰਦੀਆਂ। ਉਹ ਤੈਨੂੰ ਮੈਂ ਕੀ ਦੱਸਾਂ ਹੁਣ ਤੂੰ ਮੇਰੀ ਗੱਲ ਸੁਣ ਮੈਂ ਕਬੂਤਰਾਂ ਨੂੰ ਦੇਖ ਕੇ ਤਾਂ ਆਇਆ ਦਾਣੇ ਦਾ ਥੋੜੇ ਜਿਹੇ ਪਾਏ ਪਏ ਤੇ ਮੈਂ ਕਿਹਾ ਕਬੂਤਰੀ ਜਿਹੜੀ ਸ਼ਰਤਾਂ ਜਿੱਤ ਕੇ ਲਿਆਉਂਦੇ ਨੂੰ ਬਦਾਮ ਖਵਾਉਣਾ ਹੈ ਬਦਾਮ ਖਵਾਤੇ ਸੀ ਉਹਨੂੰ ਤੂੰ। ਉਹ ਖਵਾਤੇ ਸੀ ਤੂੰ ਐਵੇਂ ਨਾ ਕਦੇ ਕਹਿ ਦੇ। ਲੈ ਐਵੇਂ ਕਿਉਂ ਕਹੂੰਗੀ ਕਿੰਨਾ ਟਾਈਮ ਲੱਗਦਾ ਨਹੀਂ ਤਾਂ ਮੈਂ ਪੱਖੇ ਕੋਲ ਆ ਕੇ ਮੈਂ ਕਹਾਂਗੀ। ਉਹ ਤਾਂ ਸ਼ਰਤਾਂ ਜਿੱਤ ਜਿੱਤ ਲਿਆਉਂਦੀ ਹੈ ਸ਼ਰਤਾਂ ਉਹਦੇ ਸਿਰ ਤੇ ਆਪਾਂ ਆਹ ਕਮਰੇ ਪਾਏ ਨੇ ਚਾਰ ਕਮਰੇ ਤਾਂ ਪਾਏ ਹੋਏ ਹੁਣ ਜੇ ਕੋਈ ਇਹੋ ਜਿਹੀ ਸ਼ਰਤ ਲੱਗੇ ਨਾ ਤੇਰੇ ਕਬੂਤਰ ਦੀ ਆਪਾਂ ਮੂਹਰੇ ਬਰਾਂਡਾ ਪਾ ਲਈਏ। ਹਾਂ ਉਹ ਬਰਾਂਡੇ ਤੱਕ ਉਹ ਤਾਂ ਕਹਿੰਦੇ ਲੱਖ ਲੱਖ ਰੁਪਏ ਦੀ ਲੱਗਦੀ ਹੈ। ਮੇਰੀ ਗੱਲ ਸੁਣ ਲੈ
शर्तां दी तां मैं कबूतरी हुण लिजाऊंगा लाजमी। इतक मेरी नवी गल सुन लै तूं, बरांडा तां हुण अपना पई जाऊगा। पई जाऊगा ऐ किवें पई जाऊगा? मैनूं तां सरदारां ने अज कहा, चाची ने, वी सानूं कम्म वास्ते घरे बुढ़ी चाहीदी है, वी भाई तेरे घराली नूं ला दे साडे। ਮੈਥੋਂ ਨੀ ਉਹਨਾਂ ਨੇ ਲੱਗੀ ਦਾ ਕੰਮ ਕੁੰਮ ਤੇ, ਤੂੰ ਤਾਂ ਉਹੀ ਗੱਲ ਕਿੱਦਾਂ ਦਾ ਫਿਰਦਾਂਗਾ, ਤੇਰੇ ਕੰਮ ਨਾਲ ਕਿੰਨਾ ਕਿੰਨਾ ਉਹ ਹੋ ਗਿਆ। ਅਰੇ ਮਾੜੇ ਮੋਟੇ 2 ਰੁਪਏ ਆਉਂਦੇ ਤਾਂ ਉਧਰੋਂ ਬਣਦੇ, ਉੱਥੋਂ ਕੁਛ ਨੀ ਬਣਦਾ। ਮੇਰੀ ਗੱਲ ਸੁਣ ਲੈ, ਪੈਸੇ ਤਾਂ ਮੈਨੂੰ ਵੀ ਪਤਾ ਜਿਹੜੇ ਇਕੱਠੇ ਬਣਦੇ ਕਬੂਤਰਾਂ ਦੀ ਬਾਜੀ ਤੋਂ ਹੀ ਬਣਦੇ ਆ, ਪਰ ਬੰਦਾ ਕੰਮ ਕਰਦਾ ਚੰਗਾ ਰਹਿੰਦਾ, ਰੋਟੀ ਪਾਣੀ ਦਾ ਖਰਚਾ ਤਾਂ ਚੱਲਦਾ ਹੀ ਹੈ ਨਾ। ਹੁਣ ਤੂੰ ਮੈਨੂੰ ਕੰਮ ਨੂੰ ਤੂੰ ਹਾਂ ਕਰਿਆ, ਉਹਨਾਂ ਨੂੰ ਮੈਂ ਆਉਂਗੀ। ਮੈਂ ਉਹਨਾਂ ਨੂੰ ਹਾਂ ਕਰਕੇ ਆਇਆ, ਪੱਕੀ ਵੀ ਨੀ ਕਰਕੇ ਆਇਆ। ਮਹਾਂ ਜੇ ਮੇਰੇ ਘਰਵਾਲੀ ਨਾਮ ਨੀ ਅੜਬ ਸਵਾਇਆ ਉਹਦਾ, ਫਿਰ ਮੈਂ ਕੋਈ ਹੋਰ ਪੁੱਛ ਕੇ ਲਾਉਂ ਘਰਾਂ ਚੋਂ। ਆਹੋ, ਬਾਹਰ ਤਾਂ ਤੂੰ ਮੈਨੂੰ ਬਦਨਾਮ ਕਰਦਾ ਰਿਹਾ ਕਰ, ਅੜਬ ਸਵਾਇਆ ਕਿੰਨੀ ਕੜਬਾਂ, ਕਿਹਦੇ ਨਾਲ ਲੜਦੀ ਆ ਮੈਂ? ਉਹ ਤਨਖਾਹ ਦੇਣਗੇ, ਨਾ ਬਾਲੀ ਥੋੜੀ ਬੋਚਦਾ ਤੈਨੂੰ ਦੇਣਗੀ, ਰੋਟੀ ਪਾਣੀ ਦਾ ਖਰਚਾ ਚੱਲੀ ਜਾਊਗਾ। ਉਹਨਾਂ ਦੇ ਕੀ ਕੰਮ ਹੈ, ਉਹਨਾਂ ਦੇ ਤਾਂ ਫਰਸ਼ ਲੱਗਿਆ, ਪੋਚੇ ਲਾਉਣੇ ਨੇ ਪੋਚੇ। ਚੱਲ ਉਹ ਤਾਂ ਹੈ, ਕੰਮ ਤਾਂ ਉਹਨਾਂ ਦੇ ਕਿਹੜਾ ਇੰਨਾ, ਦੋ ਤਾਂ ਜਾਣੀਆਂ ਉਹ ਕੰਮ ਨੂੰ ਦੱਸ ਕੇ ਉਹਨਾਂ ਦੇ ਕੰਮ ਕੋ। ਉਹਦੀ ਨੂੰਹ ਇਹ ਜੀ ਖਾ ਖਾ ਕੇ ਐਡੀ ਮੋਟੀ ਹੋ ਰਹੀ, ਉਹ ਤਾਂ ਦੋ ਭਰੇ ਕੰਮ ਦੇ ਨਹੀਂ ਹੁੰਦੇ। ਉਹ ਮੇਰੀ ਗੱਲ ਸੁਣ ਲੈ ਤੂੰ, ਉਹਨਾਂ ਨੂੰ ਤਾਂ ਵਾਧੂ ਪੈਸੇ ਭੇਜਦਾ ਉਹਨਾਂ ਦਾ ਮੁੰਡਾ, ਉਹ ਤਾਂ ਖਾ ਖਾ ਕੇ ਮੱਲੀ ਜਾਂਦੀ ਹੈ, ਸਰਦਾਰਨੀ ਛੋਟੀ ਤਾਂ ਡਾਲ ਨਹੀਂ ਕੰਮ ਕਰਦੀ। ਵਾਧੂ ਪੈਸਿਆਂ ਦਾ ਤਾਂ ਆਪਾਂ ਨੂੰ ਫੇਰ ਭਾ ਹੋਊ ਜੀ, ਆਪਾਂ ਨੂੰ ਵੀ ਦੇਣ ਕੋਈ ਪੈਸੇ। ਕਿੰਨੇ ਕਿਹਾ ਤੈਨੂੰ ਵੀ ਕਿੰਨੀ ਦੇਊ ਤਨਖਾਹ? ਮੇਰੀ ਗੱਲ ਸੁਣ ਲੈ, ਮੈਨੂੰ ਤਾਂ ਇੰਨੇ ਸਾਲ ਹੋ ਗਏ ਉਹਨਾਂ ਦੇ ਘਰੇ ਕੰਮ ਕਰਦੇ ਨੂੰ, ਮੈਨੂੰ ਤਾਂ ਉਹ ਕਦੇ ਘੱਟ ਨਹੀਂ ਦਿੱਤੇ, 4 ਰੁਪਏ ਵੱਧ ਹੀ ਦਿੰਦੇ ਆ। ਤੈਨੂੰ ਵੀ ਘੱਟ ਨਹੀਂ ਦਿੰਦੇ, ਵੱਧ ਹੀ ਦੇਣਗੇ, ਮੰਗ ਕੇ ਨੀ ਆਪਾਂ ਲੈਣੇ ਉਹਨਾਂ ਤੋਂ? ਚੱਲ ਮੰਗ ਕੇ ਤਾਂ ਨਹੀਂ ਲੈਣੇ, ਮੈਂ ਮੰਨਦੀ ਆ ਕੰਮ ਤੂੰ ਕਹਿਣਾ। ਚੱਲ ਕੰਮ ਉਹਨਾਂ ਨੇ ਕੀ ਕੰਮ ਕਰਨਾ ਪੁੱਛੇ ਤੇ? ਮਾਲ ਪਸ਼ੂ ਤਾਂ ਮੈਂ ਸਾਹਮਣਾ, ਖੇਤੀ ਦਾ ਕੰਮ ਮੈਂ ਕਰਦਾ, ਨਾਲ ਚਾਚੀ ਵੀ ਕੰਮ ਵਧੀਆ ਕਰਾਉਂਦੀ ਹੈ, ਉਹ ਤਾਂ ਪੁਰਾਣੇ ਜਵਾਨੇ ਦੀ ਬੁੜੀ ਹੈ, ਲਾਲਚ ਕਰਦੀ ਹੈ। ਉਹਨਾਂ ਦੇ ਕੀ ਹੈ? ਉਹਨਾਂ ਨੇ ਹੁਣ ਦੱਸ ਵੀ ਰੋਟੀ ਟੁੱਕ ਵਾਸਤੇ ਲਾਉਣੀ ਹੈ ਕਿ ਲੀੜੇ ਕੱਪੜੇ ਵਾਸਤੇ, ਪੋਚਿਆਂ ਵਾਸਤੇ? ਕਾਹਦੇ ਵਾਸਤੇ ਲਾਉਣੀ ਹੈ? ਸੁਣ ਲੈ, ਜੇ ਪੋਚੇ ਲਾਉਣੇ ਆ ਉਹ ਵੀ ਫਰਸ਼ ਲੱਗੇ ਨੇ ਵਧੀਆ, ਖੜਕੇ ਲਾਉਣੀ ਆ ਤਾਂ ਪੋਚੇ ਵੀ, ਜੇ ਕੱਪੜੇ ਧੋਣੇ ਆ ਫਿਰ ਵੀ ਮਸ਼ੀਨ ਹੈ, ਜੇ ਰੋਟੀਆਂ ਪਕਾਉਣੀਆਂ ਗੈਸ ਸਿਲੰਡਰ ਤੇ ਪਕਾਉਣੀਆਂ, ਕੋਈ ਮਰਜ਼ੀ ਕੰਮ ਕਰਾਉਣ ਕਰੇ, ਮੌਜਾਂ ਹੀ ਮੌਜਾਂ ਨੇ ਸਾਰੇ ਕੰਮਾਂ ਚ। ਉਹ ਮਰਜ਼ਾਂ, ਮੈਨੂੰ ਤਾਂ ਸਾਰੀ ਉਮਰ ਹੋ ਗਿਆ ਚੁੱਲ੍ਹੇ ਨਾਲ ਧੁੱਖੜਦੀ ਨੂੰ, ਮੈਂ ਤਾਂ ਕਦੇ ਗੈਸ ਚਲਾ ਕੇ ਨਹੀਂ ਦੇਖਿਆ, ਜੇ ਮੈਂ ਲੱਗ ਜਾ ਕੰਮ ਤੇ ਮੈਂ ਗੈਸ ਤਾਂ ਚਲਾ ਕੇ ਦੇਖ ਲੂੰਗੀ। ਮੈਨੂੰ ਤਾਂ ਤੇਰਾ ਲੱਗੀ ਦਾ 100 ਹੋ ਜਾਊਗਾ, ਮੈਨੂੰ ਤਾਂ ਚਟਣੀ ਖਵਾ ਖਵਾ ਕੇ ਮਾਰਤਾ ਉਹਨਾਂ ਨੇ ਗੰਡਿਆਂ ਦੀ, ਮਾੜੀ ਮੋਟੀ ਕੋਈ ਸਬਜ਼ੀ ਬਣਾ ਲਿਆ ਕਰੇਗੀ ਤੂੰ? ਲੈ ਜਿਹੜਾ ਕੰਮ ਦੇਣਗੇ ਉਸੇ ਤੇ ਲੱਗੂੰਗੀ, ਇਹ ਨਹੀਂ ਹੁਣ ਮੈਂ ਦੋਨੇ ਕੰਮ ਕਰ ਦੂੰਗੀ ਉਹਨਾਂ ਦੇ, ਉਹ ਤਾਂ ਗੱਲ ਕਰਕੇ ਲੱਗੂੰਗੀ, ਮੈਂ ਤੇਰੇ ਵਰਗੀ ਨਹੀਂ। ਤੂੰ ਕੋਈ ਮਰਜ਼ੀ ਕਰ, ਗੱਲ ਤਾਂ ਮੈਂ ਉਹਦੇ ਨਾਲ ਆਪੇ ਕਰ ਲੂੰਗੀ ਚਾਚੀ ਨਾਲ। ਤੇ ਨਾ ਆਪਾਂ ਤਾਂ ਮਸ਼ੀਨ ਤਾਂ ਦੇਖ ਲਿਆਂਦੀ ਸੀ ਵਧੀਆ, 3-2 ਰੁਪਏ ਬਣ ਗਏ ਸੀ ਪਿਛਲੀ ਵਾਰ, ਵਧੀਆ ਦੇਤੇ ਸੀ ਆਪਣੇ। ਹੁਣ ਫਰਿੱਜ ਹੈ ਨਹੀਂ, ਪਾਣੀ ਬਿਨਾ ਔਖੇ ਹੁੰਦੇ, ਠੰਡੇ ਬਿਨਾ ਪਤਾ ਫਰਿੱਜ ਲਿਆਵਾਂਗੇ। ਐ ਕਰੀ ਤੂੰ, ਪੈਸੇ ਨਾ ਮੰਗੀ ਚਾਚੀ ਤੋਂ, ਤੂੰ ਤਾਂ ਫਰਿੱਜ ਹੀ ਮੰਗ ਲਈ, ਆਪਾਂ ਨੂੰ ਫਰਿੱਜ ਦਵਾ ਦੇਣਗੇ ਤੇ ਆਪਣੇ ਪੈਸੇ ਕੱਟ ਲਿਆ ਕਰਨੇ ਕੰਮ ਦੇ। ਉਹ ਲੈ ਪੈਸੇ, ਪੈਸਿਆਂ ਦੀ ਤਾਂ ਗੱਲ ਕਰਕੇ ਮੈਂ ਲੱਗੂੰਗੀ, ਮੈਂ ਤੇਰੇ ਵਾਲਾ ਲਾਡਲਾ ਕੋਲ ਨਹੀਂ ਰੱਖ। ਮੇਰੀ ਗੱਲ ਸੁਣ ਲੈ, ਮੈਂ ਆ ਇਮਾਨਦਾਰ ਬੰਦਾ ਉਹਨਾਂ ਦਾ, ਮੈਂ ਜਾਣਾ ਖੇਤ, ਹੁਣ ਮੈਨੂੰ ਐ ਦੱਸ ਤੇਰੀ ਹਾਂ ਹੈ ਕਿ ਨਾ ਹੈ? ਕੋਈ ਨੀ, ਐ ਕਰ, ਮੈਨੂੰ ਤਾਂ ਤੂੰ ਉਹਨਾਂ ਨੇ ਘਰੇ ਆਪ ਛੱਡੇ, ਮੈਂ ਕੱਲੀ ਕੁੱਲੀ ਨਹੀਂ ਜਾਂਦੀ। ਮੈਂ ਤੈਨੂੰ ਛੱਡ ਕੇ ਆਉਂਗਾ, ਤੂੰ ਆ ਦੁੱਧ ਕੱਢ ਕੇ ਆ ਨਾਲੇ। ਤਾਂ ਦੁੱਧ ਤਾਂ ਮੈਂ ਕੱਢਿਆ ਨਹੀਂ, ਲੈ ਫੜਾ ਜਿਹੜੀ ਕੋਈ ਚਟਣੀ ਚੁਟਣੀ, 2 ਰੋਟੀਆਂ ਇਸੇ ਨਹੀਂ ਖਾ ਲੂੰਗੀ ਤੇ ਮੈਂ ਆਉਣੀ ਆ। ਚੱਲ ਫਿਰ ਤੂੰ ਮੈਨੂੰ ਛੱਡਿਆਈ, ਮੈਂ ਤੈਨੂੰ ਛੱਡ ਆਉਂਗਾ, ਹੋਰ ਮੈਂ ਤਾਂ ਬਾਗੀ ਜਾਊਂ ਅੱਜ ਹੀ, ਫਿਰ ਮੈਂ ਵਿਹਲੀ ਕੀ ਕਰਦੀ ਆ? ਤੂੰ ਐਂ ਕਰ, ਸੂਚ ਧਰ ਕੇ ਆ ਤੇ ਮੈਂ ਪਹਿਲਾਂ ਉਹਨਾਂ ਦੇ ਘਰੇ ਹੀ ਛੱਡਿਆ ਵਾਂ, ਫੇਰ ਹੀ ਖੇਤ ਜਾਊਂਗਾ। ਚੰਗਾ, ਲੈ ਵਧੀਆ ਮੰਨ ਗਈ ਤਾਂ ਮੌਜਾਂ ਹੀ ਹੋ ਗਈਆਂ, ਹੁਣ ਤਾਂ ਡਬਲ ਤਨਖਾਹ ਆਇਆ ਕਰੂਗੀ। ਆ ਜਾ, ਇਹਨਾਂ ਨੂੰ ਪਾਣੀ ਧਰਤਾ ਸੀ ਮੈਂ। ਉਹ ਚੰਗਾ ਤੂੰ ਪਾਣੀ ਧਰਤਾ ਸੀਗਾ, ਹੋਰ ਮੈਂ ਕਿ ਕਿਤੇ ਵਿਚਾਰੀਆਂ ਫਿਰ ਔਖੀਆਂ ਨਾ ਹੋਈ ਜਾਣ। ਬਾਜੀ ਜਿੱਤਾਂਗੇ ਟੋਕੀ ਫੇਰ। ਆ ਜਾ ਬਾਰ ਲਾ ਦੇ, ਚੱਲ ਘਰ ਤਾਂ ਨੇੜੀ ਏ, ਕਰ ਦੂਰ ਏ, ਫੇਰ ਤਾਂ ਮੈਂ ਬਗ ਜਾ ਕਰੂੰ। ਤੂੰ ਜਾਣਦੀ ਨਹੀਂ ਸੀ, ਲੈ ਫੇਰ ਤਾਂ ਮੈਂ ਬਗ ਜਾ ਕਰੂੰ, ਕੇਰਾਂ ਤੇ ਔਖਾ ਲੱਗਦਾ ਜਾਣਾ ਅਗਲੇ ਦੇ ਘਰੇ, ਇੱਕ ਵਾਰੀ ਛੱਡਿਆ ਮੈਨੂੰ ਤੂੰ। ਭਾਈ ਤੂੰ ਖੇਤੋਂ ਮੁੜ ਵੀ ਆਇਆ? ਚਾਚੀ ਮੁੜਕਾ ਨੂੰ ਆਇਆ, ਆ ਨਾਲ ਲੈ ਕੇ ਆਇਆ ਮੇਰੇ ਘਰਾਂ ਨੇ, ਜਿਹੜਾ ਤੂੰ ਕੰਮ ਨਹੀਂ ਕਿਹਾ ਸੀ ਮੈਨੂੰ। ਸਤਿ ਕਾਲ ਚਾਚੀ। ਸਤਿ ਕਾਲ ਭਾਈ, ਇਹ ਤਾਂ ਤੂੰ ਬਾਲੀ ਸੋਹਣੀ ਗੱਲ ਕਰੀ, ਵਿਚਾਰੀ ਨਾਲ ਹੀ ਆ ਗਈ ਹੈ ਤਾਂ ਉਹਦੀ। ਚਾਚੀ ਤੂੰ ਇਹਦੇ ਨਾਲ ਗੱਲ ਕਰ ਲੈ ਸਾਰੀ, ਕੰਮ ਧੰਦਾ ਦੱਸ ਚਾਚੀ ਮੈਨੂੰ ਕੀ ਕਰਨਾ। ਕੰਮ ਧੰਦਾ ਤਾਂ ਭਾਈ ਬਸ ਆ ਪੋਚੇ ਆ ਤੇ ਬਸ ਆ, ਬਸ ਮਾੜਾ ਮੋਟਾ ਕੋਈ ਲੀੜਾ ਕੱਪੜਾ ਜਾ, ਹੋਰ ਤਾਂ ਹੁਣ ਇੰਨਾ ਕੰਮ ਸਾਡੇ ਕਿਹੜਾ ਕੋਈ ਬਾਹਲਾ ਵੱਡਾ ਟੱਬਰ ਹੈ।
ना चाची चल काम तो मैं कर दूंगी कोई गल नी घरे केड़ा मैं कर दी नी मैं तो मिनट च कर जा करूंगी ते तू मैनू ऐ दस भी पैसे किन्ने देवेंगी पैसे तो भाई तेन कहे जा कोई होर दिन तेन ओ दे दूंगी तेन मैं तो कदे किसी दे काम करया नी चाची मैं तो सोडी आई हां यही करदा तू मेरी गल सुन ले पिंड च कोई काम करदा ही हू चाची के आप दस रुपये ओदू वध देणगे घट नहीं देंदे चाची ऐ देख ला हुण महीने दा बाला ना पांच छे हजार अगला दिंदी है कोई ना पुत मैं तेन चार रुपये वध ही देऊंगी मैं तेन घट नहीं दिंदी बेचारा किदे दा साडे रहिंदा गा मुंडा एह भाई सीरी मैनू तां घट चला है वध दे है सारे बंदियां नू मैनू गल कर लैंदे चाची नू तू बोलना ते चाची असीं तां लैणा फ्रिज सानू पहलां फ्रिज दवा दी चल कोई ना भाई तेन फ्रिज लैके दे दू नाले थोड़े जवाक ठंडा पानी पी लिया करनगे सानू भी पुन्ना गा चल ठीक है जदों हुण होगी चाची नाल गल कल नू तेरी नूह ना विच डिक्का लाउण लग जाए नूह नू पुछ ला ना कोई ना तो मैं पूछ लू ओह कोई दिक्कत नहीं लाउंदी तेरी गल सुन तू चाची नू काम करके ना माड़ा मोटा अज हथ करके काम करते मैं तां खेत जाणेगा क्या बग जा तू चाची तो काहल वाली करदा है एक तो काला वाला है भाई चल फिर इन्हें भी खेत जाना हूं बेचारा की करे चल फिर ये काम करने वाला कोई तो मैं दस मैं कर दूंगा आ जा भाई चल बखरी सो चैनल की टीम वालों सारिआं नूं प्यार भरी सत श्री अकाल जो हुणे हुणे तुसीं साडी वीडियो देखी है तुहानूं किद्दां दी लगी कमेंट करके सानूं जरूर दसना इहदा अगला एपीसोड जरूर देखना साडे चैनल नूं सबसक्राइब करो कमेंट करो वीडियो नूं वध तों वध शेयर करो सारिआं दा बहुत बहुत धन्नवाद बखरी सो चैनल ते जिन्हां वीरां ते भैणां ने सानूं सोहणे सोहणे कमेंट कीते आ असीं नाम बोलण जा रहे हां गुरपिंदर सिंह कुलवीर गिल राणा लहरी गगन चाहल बलविंदर सिंह चाना रामगढ़िया रतिया हरियाणा वीरपाल कौर रतिया शहर रुपिंदर बुट्टर अनमोल सिंह डॉक्टर रणजीत सिंह खंगूड़ा लताड़ा लुधियाना कैलगरी कैनेडा स्वर्णजीत कौर बैरोके अमर सिंह पटियाला सुरेंद्र वर्मा कुलवंत कौर बोवी राजा हांगकोंग कुलविंदर कौर नागरा नीलम मानसा जिन्ना वीरां ते भैणां ने सानूं सोहणे सोहणे कमेंट कीते है कमेंट करन लई बहुत बहुत धन्नवाद जिन्ना वीरां ते भैणां दे नाम बोलण वनियों रह गए असीं दूसरी वीडियो दे विच जरूर बोलांगे सानूं कमेंट करन लई सानूं सुझाव देण लई साडी सपोर्ट करन लई सारिआं दा बहुत बहुत धन्नवाद।